ਅੱਜ ਇੱਕ ਹੋਰ ਨਵੇਂ ਵਲੌਗ ਲਿਆਉਣ ਲੱਗੇ ਅਸੀਂ ਕਰਨ ਲੱਗੇ ਦੇਸੀ ਬਾਰਬੀਕਿਊ ਦੇਸੀ ਸਟਾਈਲ ਦੇਸੀ ਜਗ੍ਹਾ ਦੇਸੀ ਮੁਰਗੇ ਦੇਸੀ ਬੰਦੇ ਤੇ ਦੇਸੀ ਬੰਦੇ ਸਹੀ ਗੱਲ ਆ ਆਹ ਦੇਖੋ ਖੇਤ ਹੀ ਖੇਤ ਅਸੀਂ ਕਰ ਲਿਆ ਸਮਾਨ ਚਵਾਰੇ ਤੇ ਲਾ ਲਿਆ ਇਕੱਠੇ ਆਹ ਦੇਖੋ ਚਿਕਨ ਸਾਡਾ ਇੱਥੇ ਆ ਮਸਾਲੇ ਮਸੂਲੇ ਸਾਰੇ ਦੇਸੀ ਮਸਾਲੇ ਤਿਆਰ ਕੀਤੇ ਆ ਅਸੀਂ ਪਹਿਲਾਂ ਮਿਕਸ ਕਰੀਏ ਪਹਿਲਾਂ ਮਸਾਲੇ ਆਪਣੇ ਤਿਆਰ ਕਰੀਏ ਤਾਂ ਫਿਰ ਆਪਣਾ ਬਾਰਬੀਕਿਊ ਵੀ ਸੈੱਟ ਕਰੀਏ ਆਹ ਦੇਖੋ ਵਾਹ ਵੀ ਵਾਹ ਚਲੋ ਚਿਕਨ ਆਪਣਾ ਤਿਆਰ ਆ ਦਹੀਂ ਦੇਖੋ ਦਹੀਂ ਦਾ ਜੱਗ ਪਹਿਲਾਂ ਦਹੀਂ ਪਾਉਂਦੇ ਵਾਹ ਵੀ ਵਾਹ ਹਾਏ 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 ਦਹੀਂ ਚੰਗਾ ਚੰਗਾ ਦਹੀਂ ਪਾ ਦੇਸੀ ਗਾ ਵਾਹ ਵੀ ਵਾਹ ਮੇਨ ਸ਼ੈਫ ਹੁਣ ਪਾਉਂਦੇ ਐਸੋਸੀਏਟ ਸ਼ੈਫ ਸਾਡੇ ਕੋਲ ਅਦਰਕ ਤਾਂ ਲਸਣ ਵੀ ਹੈਗਾ ਆ ਮੇਨ ਸ਼ੈਫ ਆ ਜੀ ਆਹ ਪਾਉਂਦੇ ਇੱਕ ਚਮਚਾ ਦੋ ਹੋ ਗਏ ਤਿੰਨ ਹੋ ਗਏ ਚਾਰ ਪੰਜ ਛੇ ਸੱਤ ਕੁ ਹੋ ਗਏ ਸੱਤ ਅੱਠ ਹੀ ਪਾਉਂਦੇ ਸਾਰਾ ਪਾਈ ਦਿੰਦੇ ਸਵਾਦ ਆਉਂਦਾ ਇੱਦਾਂ ਦੀ ਚੀਜ਼ ਤੋਂ ਇੱਦਾਂ ਦੀ ਚੀਜ਼ ਪਾ ਕੇ ਚੰਗਾ ਸਵਾਦ ਆਉਂਦਾ ਐਸੋਸੀਏਟ ਸ਼ੈਫ ਮੱਖੀਆਂ ਭਜਾਉਂਦੇ ਹੋਏ ਸਹੀ ਗੱਲ ਆ ਇਹਨਾਂ ਨੇ ਮੱਖੀਆਂ ਇਹਨਾਂ ਨੇ ਮੱਖੀਆਂ ਦੇ ਮਗਰ ਮੱਖੀਆਂ ਦੇ ਮਗਰ ਲੱਗੇ ਹੋ ਇਹ ਥੋੜ੍ਹਾ ਘੱਟ ਪਾਉਂਦੇ ਆ ਕਿਉਂਕਿ ਇਹਦੀ ਇਹਦਾ ਫਲੇਵਰ ਥੋੜ੍ਹਾ ਤਿੱਖਾ ਹੋ ਜਾਂਦਾ ਹੋਰ ਕੀ ਪਾਈਏ ਦੇਖੀਏ ਕੀ ਚੀਜ਼ਾਂ ਹੈਗੀਆਂ ਆ ਹਰੀ ਮਿਰਚ ਹਰੀ ਮਿਰਚ ਹਰੀ ਮਿਰਚ ਵੀ ਚਾਹੀਦੀ ਆ ਅਸੀਂ ਵੈਸੇ ਕੋਈ ਫਾਰਮੂਲਾ ਨਹੀਂ ਹੁੰਦਾ ਆ ਇਹ ਇੰਨੇ ਚਮਚੇ ਚਾਹੀਦੇ ਅਸੀਂ ਵੈਸੇ ਉੱਦਾਂ ਹੀ ਜੋ ਚੀਜ਼ ਚੰਗੀ ਲੱਗਦੀ ਆ ਠੀਕ ਆ ਇਹਦਾ ਮੇਰੇ ਕੋਲ ਹੈਗਾ ਆ ਆਹ ਦੇਖੋ ਇਹ ਸਾਡਾ ਸਪੈਸ਼ਲ ਮਸਾਲਾ ਆ ਆਹ ਵੀ ਥੋੜ੍ਹਾ ਪਾ ਦਿੰਦੇ ਆਹ ਵੀ ਥੋੜ੍ਹਾ ਵਿੱਚ ਪਾਉਂਦੇ ਹਾਂ ਇਹ ਵੀ ਅੰਦਾਜ਼ੇ ਦੇ ਨਾਲ ਹੀ ਪਾ ਦਿੰਦੇ ਇਹਦੀ ਖੁਸ਼ਬੂ ਸੋਹਣੀ ਹੈ ਹਾਏ ਹਾਏ ਹੈਨਾ ਸਹੀ ਗੱਲ ਆ ਖੁਸ਼ਬੂ ਬਹੁਤ ਵਧੀਆ ਆ ਫਿਰ ਕੀ ਹੋਰ ਕੀ ਪਾਈਏ ਥੋੜ੍ਹੀ ਹਲਦੀ ਵੀ ਪਾ ਦਿੰਦੇ ਹਲਦੀ ਵੈਸੇ ਜ਼ਿਆਦਾ ਨਹੀਂ ਚਾਹੀਦੀ ਹੁੰਦੀ ਓਹੋ ਜ਼ਿਆਦਾ ਹਲਦੀ ਦੂਸਰਿਆਂ ਲਈ ਬਹੁਤ ਵਧੀਆ ਆ ਜਿਹਨਾਂ ਨੂੰ ਬਲੱਡ ਥਿਨਿੰਗ ਲੈਣੀ ਚਾਹੀਦਾ ਹੁੰਦਾ ਬਲੱਡ ਕਲੋਟਸ ਜਦੋਂ ਹੁੰਦੇ ਗਰਮ ਮਸਾਲਾ ਹਜੇ ਨਿੰਬੂ ਨਹੀਂ ਪਾਉਣਾ ਬਾਅਦ 'ਚ ਨਿੰਬੂ ਦੇਖੀ ਜਾਓ ਹਜੇ ਅਸੀਂ ਪਾਸਤਾ ਗਰਮ ਮਸਾਲਾ ਜੀਰਾ ਜੀਰਾ ਵੀ ਵਾਹ ਵੀ ਵਾਹ ਤਾਂ ਹੁਣ ਅਖੀਰ ਦੇ ਵਿੱਚ ਕਸ਼ਮੀਰੀ ਮਿਰਚ ਆ ਪਾਤੀ ਹੁਣ ਇਹਨੂੰ ਕਰੀਏ ਮਿਕਸ ਮਿਕਸ ਕਰਿਓ ਦਹੀਂ ਥੱਲੇ ਤੱਕ ਪਹੁੰਚਾਇਆ ਇਹਨੂੰ ਕਰਨਾ ਅਸੀਂ ਮਿਕਸ ਬਾਹਰ ਕੋਈ ਹੌਰਨ ਮਾਰੀ ਜਾਂਦਾ ਉਹਨੂੰ ਪਤਾ ਨਹੀਂ ਅਸੀਂ ਮਿਕਸਿੰਗ ਕਰਦੇ ਹਾਂ ਵੀ ਖਾਣਾ ਮਿਕਸ ਹੋ ਰਿਹਾ ਆ ਵਾਹ ਵੀ ਵਾਹ ਇਹ ਆਹ ਦੇਖੋ ਚਿਕਨ ਦੇ ਕੱਟ ਮਾਰਿਓ ਚਿਕਨ ਦੇ ਕੱਟ ਜਦੋਂ ਮਾਰਿਓ ਮਸਾਲਾ ਅੰਦਰ ਜਾਂਦਾ ਤਾਂ ਹੋਰ ਫਲੇਵਰ ਆਉਂਦਾ ਆ ਫਲੇਵਰ ਦੇ ਨਾਲ ਹੀ ਆ ਜੰਗਾਲ ਨਿਕਲ ਰਿਹਾ ਪੂਰਾ ਇਕੱਠੇ ਹੋਏ ਆ ਫਿਰ ਬੜੇ ਚਿਰਾਂ ਬਾਅਦ I mean, Amanat is excited about barbecue. Excited. Khush hai. You excited, right? Yeah. Thodi desi daru paayi hai. Barbecue shuru karan layi. Dekho, dekho. Naale udda vi paaji chakhe changa hunda home. Dilsar udda vi paani janda. Khana tyar hai ji. Chicken waise hoi janda. Sanu paneer tikka vi chahida hai. Haan. Haldi paneer tikka vi leona paana. Sada khana ta reh gaya. Ek seekh. ਸੀਖਾਂ ਤਾਂ ਬਹੁਤ ਇੱਥੇ ਪਈਆਂ ਹੈਗੀਆਂ ਇੱਕ ਸੀਖ ਪਨੀਰ ਟਿੱਕੇ ਦੀ ਕਿਉਂਕਿ ਚਿਕਨ ਤਾਂ ਬਣੀ ਜਾਂਦਾ ਆਹ ਦੋ ਤਾਂ ਬਣੀ ਜਾਂਦੇ ਫਾਈਨਲ ਸਟੇਜਸ 'ਤੇ ਆ ਇਹ ਨਵਾਂ ਰੱਖਿਆ
चलो कटिए बढ़िए बंदे ने कदे नाइफ नहीं वरती सत्यानाश करी जांदे सी चिकन तुसीं हलाल कर चिकन हो गया जिहदा नेंडोस ते कोटर चिकन नहीं मिलदा हुंदा पूरा हुण कल्ले कल्ले दा हिसाब लईए जी इह तां खाई इहने तां खा लिया है ना 100 150 पाउंड साडा आए ही बन जाणा आई सही खा लिया कोरगी पर नहीं भाई ऑनेस्टली बहुत वधिया खांदे आ कोटर कोटर सी आ कोटर खा लेना आपा खड़का देना अब किसे दा हक नहीं साडा ही है साडा ही है साडा हक मुर्गे तेरा चिकन मंगा ली होर चिकन नहीं 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 हैगा आ ए होर चिकन नहीं है बनाना चाहंदे आ जेड़ा बनाया आ ओ नहीं खा रहा ओ खा नहीं रहे आ ता हजे आहा भी लोड़ी रखे आ आ मारन मीट खान जैवी कई खाने की व्लॉग ਕਲਬਿੰਗ ਵੀ ਹੈ ਭਾਈ ਅਦਾ ਅਦਾ ਪੁਲਿਸ ਦੀ ਹੈ ਪੰਜਾਬ ਪੁਲਿਸ ਇਹ ਦੇਖ ਜਦ ਮੁਰਗਾ ਬਣ ਗਿਆ ਉਹਦੇ ਬਾਅਦ ਆਈ ਹੈ ਚਲਾਨ ਕੱਟ ਦੇਣਾ ਹੁਣ ਇਹਨੇ ਬਾਤੀ ਹੁੰਦੀ ਹੈ ਬਾਤੀ ਹੁੰਦੀ ਹੈ ਵੈਸੇ ਵੀ ਵਾਰਦਾਤ ਹੁੰਦੀ ਸਹੀ ਗੱਲ ਹੈ ਪੰਜਾਬ ਪੁਲਿਸ ਫਾਜ਼ਰ ਦੀ ਵੀ ਜ਼ਿੰਦਾਬਾਦ ਹਾਂ ਬਾਅਦ ਚ ਹੀ ਆਉਂਦੇ ਆ ਹਾਂ ਸਭ ਕੁਝ ਹੋ ਜਾਂਦਾ ਤਾਂ ਬਾਅਦ ਚ ਹੀ ਆਉਂਦੇ ਆ ਪਰ ਨਹੀਂ ਭਾਈ ਆ ਤੁਸੀਂ ਸਿਰਾ ਲਾਦਾ ਅਸੀਂ ਗਰਮੀ ਬਹੁਤ ਹੈ ਗਰਮੀ ਵੀ ਪੂਰੀ ਹੈ ਤੁਸੀਂ ਪੂਰੇ ਸਵੈਟੀ ਹੋਏ ਮੈਂ ਹਾਂ ਉਥੇ ਫਾਰਮ ਚ ਅੱਗ ਵੀ ਲੱਗੀ ਪਈ ਹੈ ਦਿਸਣੀ ਨਹੀਂ ਆ ਪਤਾ ਨਹੀਂ ਕੀ ਹੈਗਾ ਸਭ ਕੁਝ ਹੋਇਆ ਉੱਥੇ ਹਾਂ ਅੱਛਾ ਵੈਸੇ ਸਾਡੀ ਅੱਗ ਨਾ ਹੋਵੇ ਹਾਂ ਇੱਥੇ ਲੱਗੀ ਹੈ ਸਾਡੀ ਅੱਗ ਅਸੀਂ ਕੰਟਰੋਲ ਕੀਤੀ ਹੋ ਅਸਲੀ ਅੱਗ ਇੱਥੇ ਅਸੀਂ ਆਪਣੀ ਅੱਗ ਕੰਟਰੋਲ ਕੀਤੀ ਆ ਹਾਂ ਆਪਣਾ ਚਿਕਨ ਵੀ ਕੰਟਰੋਲ ਚ ਹੀ ਆ ਹਾਂ ਜਿਹੜੇ ਬੰਦੇ ਆ ਉਹਨਾਂ ਨੇ ਪੀਪੂ ਲਈ ਆ ਉਹ ਆਪ ਹੀ ਕੰਟਰੋਲ ਚ ਹੋਏ ਆ ਪੂਰੀ ਪੂਰੀ ਹਨਾ ਮੁਰਗੇ ਵੀ ਨੱਚਦੇ ਨੇ ਕੋਲੇ ਦੇ ਨੱਚਦੇ ਆ ਦੇਖੋ ਵਧੀਆ ਬਾ ਬਾਰਬੀਕਿਊ ਦੇਸੀ ਸਟਾਈਲ ਬਾਰਬੀਕਿਊ ਪੂਰਾ ਪੂਰਾ ਲਓ ਜੀ ਫ੍ਰੈਸ਼ ਫਰਮ ਦੇ ਲਓ ਜੀ ਥੋੜਾ ਨਿੰਬੂ ਹੋ ਜੇ ਇਹਦਾ ਹੋਣ ਵਾਲਾ ਥੋੜਾ ਭਾਜੀ ਕਮਾ ਦੋ ਹਾਂ ਪਾ ਦੋ ਭਾਜੀ ਕਰੋ ਚੈੱਕ टमाटो गर्म गर्म गर्म